ਇੱਥੇ ਖੜ ਜਾ ਪਵਾਰ ਸਾਹਿਬ ਮੈਂ ਕਦੇ ਗਰੇਵਾਲ ਸਾਹਿਬ ਕਿਆ ਸੀਨ ਇਹਨਾਂ ਨੇ ਬੰਨਿਆ ਸੀ ਉਸ ਗੀਤ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਕਲਗੀਧਰ ਸੱਚੇ ਪਾਤਸ਼ਾਹ ਤੱਕ ਬਹੁਤ ਸੋਹਣੀਆਂ ਸਤਰਾਂ ਨਹੀਂ ਤੁਸੀਂ ਹਾਂਜੀ ਆਹੀ ਆ ਲਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੈਠੀ ਗੁਰੂ ਰੂਪ ਸਾਧ ਸੰਗਤ ਕਰੋ ਰਸਨਾ ਪਵਿੱਤਰ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਸੰਗਤ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਵੈਸੇ ਬੜਾ ਆਨੰਦ ਆ ਰਿਹਾ ਸੀ ਬਾਬਾ ਜੀ ਨੇ ਐਵੇਂ ਮੈਨੂੰ ਮੈਂ ਤਾਂ ਹੀ ਮੈਂ ਮਨਾ ਵੀ ਕਰ ਰਿਹਾ ਸੀ ਬਾਰ ਬਾਰ ਕਿਉਂਕਿ ਬੜੀ ਧੁੰਨ ਲੱਗੀ ਹੋਈ ਸੀ ਇਹ ਇੰਨਾ ਅੱਛਾ ਕਰ ਰਹੇ ਦੇਖੋ ਕੀਰਤਨੀਆਂ ਉਹੀ ਜਾਂ ਕਥਾਵਾਚਕ ਉਹੀ ਜਿਹੜਾ ਤੁਹਾਨੂੰ ਤੁਹਾਡੇ ਨਾਲ ਜੋੜੇ ਤੁਹਾਡੀ ਪਛਾਣ ਕਰਾ ਦੇਵੇ ਮੈਂ ਤਾਂ ਹਲੇ ਮੇਰਾ ਖਿਆਲ 5-7 ਮਿੰਟ ਹੀ ਹੋਏ ਆ ਪਰ ਤੁਹਾਡੀਆਂ ਜੋ ਤੁਸੀਂ ਬੋਲ ਰਹੇ ਸੀ ਉਹ ਮੇਰੀ ਜ਼ਿੰਦਗੀ ਦੇ ਕਾਫੀ ਪਲ ਉਹਦੇ ਨਾਲ ਮੇਰੇ ਮਤਲਬ ਘੁੰਮ ਗਏ ਮੇਰੇ ਦਿਮਾਗ ਦੇ ਵਿੱਚੋਂ ਪਹਿਲਾਂ ਰਮਤਾ ਜੋਗੀ ਵਾਲੀ ਗੱਲ ਹੋਈ ਜਿਵੇਂ ਘੁੱਗੀ ਭਾਅ ਜੀ ਦੀ ਗੱਲ ਕੀਤੀ ਕਿਉਂਕਿ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਇਨਸਾਨ ਇਹੋ ਜਿਹਾ ਹੁੰਦਾ ਜਿਹੜਾ ਬਾਂਹ ਫੜ ਕੇ ਤੁਹਾਨੂੰ ਅੱਗੇ ਕਰਕੇ ਬਾਅਦ 'ਚ ਕਾਫਲੇ ਬਹੁਤ ਵੱਡੇ ਬਣ ਜਾਂਦੇ ਆ ਸੋ ਮੈਂ ਮੇਰੀਆਂ ਅੱਖਾਂ 'ਚ ਹੰਝੂ ਹੀ ਆਉਣ ਲੱਗੇ ਸੀ ਮੈਨੂੰ ਜੱਸੋਵਾਲ ਸਾਹਿਬ ਯਾਦ ਆ ਗਏ ਕਿਉਂਕਿ ਸਾਡਾ ਵੀ ਕੋਈ ਲੈਣਾ ਦੇਣਾ ਇਸ ਲਾਈਨ 'ਚ ਹੈ ਨਹੀਂ ਸੀ ਉਹਨਾਂ ਨੇ ਬਾਂਹ ਫੜ ਕੇ ਮੈਨੂੰ ਪਰਿਵਾਰ 'ਚੋਂ ਤੋਰਿਆ ਦੂਜੀ ਗੱਲ ਹੋਈ ਜਿਹੜੀ ਇਹ ਕਹਿੰਦੇ ਵੀ ਸਿਰ ਚੁਕਾਉਂਦੇ ਨੇ ਬਾਅਦ 'ਚ ਪਹਿਲਾਂ ਸਿਰ ਚੱਕਣ ਨਹੀਂ ਦਿੰਦੇ ਕਿਉਂਕਿ ਅਸੀਂ ਵੀ ਨਗਰ ਕੀਰਤਨ ਦੇ ਮਗਰ ਮਗਰ ਕਈ ਵਾਰੀ ਪਿੰਡ 'ਚ ਸਾਰਾ ਦਿਨ ਹੀ ਗੇੜੇ ਕੱਢੀ ਜਾਂਦੇ ਸੀ ਵੀ ਸ਼ਾਇਦ ਇਸ ਪੜਾਅ 'ਤੇ ਟਾਈਮ ਦੇ ਦੇਣਗੇ ਉਹ ਜਾਨੂੰ ਕਹਿ ਦਿੰਦੇ ਸੀ ਨਗਰ ਕੀਰਤਨ ਦੀ ਰਵਾਨਗੀ ਹੈ ਚਲੋ ਅਗਲੇ ਤਾਂ ਫਿਰ ਪਿੱਛੇ ਪਿੱਛੇ ਤੁਰੇ ਫਿਰਨਾ ਔਰ ਘੁੱਗੀ ਭਾਅ ਜੀ ਇੱਕ ਦਿਨ ਇਹੋ ਜਿਹਾ ਵੀ ਆਇਆ ਵੀ ਮੈਂ ਦੂਸਰੇ ਦਿਨ ਨਗਰ ਕੀਰਤਨ ਤੋਂ ਭੋਗ ਪੈਂਦੇ ਹੁੰਦੇ ਆ ਗੁਰਦੁਆਰਾ ਸਾਹਿਬ 'ਚ ਦਾਦੂਵਾਲ ਸਾਹਿਬ ਮੈਂ ਬਾਹਰ ਜੋੜੇ ਖੋਲ ਰਿਹਾ ਸੀ ਉਹ ਪਤਾ ਨਹੀਂ ਸੈਕਟਰੀ ਸੀ ਸਾਡੇ ਪਿੰਡ ਦਾ ਗੁਰਦੁਆਰੇ ਦਾ ਜਾਂ ਕੁਛ ਵੀ ਉਹ ਮੈਨੂੰ ਬਾਹਰ ਕਹਿੰਦਾ ਵੀ ਅੱਜ ਤਾਂ ਟਾਈਮ ਹੈ ਨਹੀਂ ਔਰ ਮੇਰੇ ਵਾਕਈ ਅੱਖਾਂ 'ਚ ਪਾਣੀ ਆ ਗਿਆ ਮੈਂ ਕਿਹਾ ਯਾਰ ਇਹ ਕਿਹੜੇ ਕੰਮ 'ਚ ਪੈ ਗਿਆ ਆਪਾਂ ਨੂੰ ਤਾਂ ਮੱਥਾ ਟੇਕਣਾ ਹੀ ਔਖਾ ਹੋ ਗਿਆ ਮੈਂ ਤਾਂ ਟਾਈਮ ਇਹ ਤੋਂ ਮੰਗਿਆ ਨਹੀਂ ਹਾਂਜੀ ਇਹਨੇ ਤਾਂ ਪਹਿਲਾਂ ਹੀ ਕਹਿਤਾ ਟਾਈਮ ਹੈ ਨਹੀਂ ਮੈਂ ਤਾਂ ਹਾਲੇ ਬਾਹਰ ਹੀ ਹਾਂ ਸੋ ਉਹ ਵਕਤ ਖੈਰ ਉਹੀ ਬੰਦੇ ਬਾਅਦ 'ਚ ਫਿਰ ਬੁਕਿੰਗਾਂ ਕਰਨ ਵੀ ਆਏ ਉਹੀ ਜਿਹੜੀ ਤੁਸੀਂ ਗੱਲ ਕੀਤੀ ਜਿਹੜੇ ਸਿਰ ਚੱਕਣ ਨਹੀਂ ਦਿੰਦੇ ਬਾਅਦ 'ਚ ਸਿਰ ਝੁਕਾਉਂਦੇ ਨੇ ਔਰ ਜਿਹੜੇ ਲੱਤਾਂ ਖਿੱਚਣ ਵਾਲੇ ਹੁੰਦੇ ਆ ਉਹ ਸਭ ਤੋਂ ਪਹਿਲਾਂ ਆਉਂਦੇ ਆ ਫਿਰ ਸਿਫਾਰਿਸ਼ਾਂ ਕਰਨ ਫਿਰ ਉਹ ਕਹਿੰਦੇ ਸਾਡਾ ਹੀ ਮੁੰਡਾ ਇਹ ਲਓ ਮੈਂ ਕੋਸ਼ਿਸ਼ ਕਰ ਲੈਂਦਾ ਹੈ ਮੇਰੇ ਲਈ ਔਖਾ ਹੁਣ ਤੁਸੀਂ ਨਾਲ ਗਾਓਗੇ ਕਿਉਂਕਿ ਤੁਹਾਡੇ ਵਰਗਾ ਨਹੀਂ ਮੇਰੇ ਤੋਂ ਗਾ ਹੋਣਾ ਕਿਉਂਕਿ ਸਿੱਖੀ ਇਹੋ ਜਿਹਾ ਧਰਮ ਆ ਕਿ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਕਿੰਨਾ ਖੂਨ ਸ਼ਹੀਦਾਂ ਦਾ ਜਿਹੜਾ ਨਿਉਆਂ ਦੇ ਵਿੱਚ ਡੁੱਲਿਆ ਜਿਹੜੇ ਗਿਣੇ ਹੀ ਨਹੀਂ ਜਾ ਸਕਦੇ ਫਿਰ ਵੀ ਇਹ ਛੋਟੀ ਜਿਹੀ ਕੋਸ਼ਿਸ਼ ਹੈ ਇਸ ਗੀਤ ਦੇ ਵਿੱਚ ਮੈਂ ਕੋਸ਼ਿਸ਼ ਕਰਦਾ ਬਾਬਾ ਜੀ ਨੇ ਹੁਕਮ ਤਾਂ ਲਾਤਾ ਕਿ ਦੁਨੀਆਂ ਦੇ ਸਾਰੇ ਇਤਿਹਾਸ ਭਾਵੇਂ ਫੋਲ ਵੇਖੋ ਸਿੱਖ ਕੌਮ ਜੈਸਾ ਇਤਿਹਾਸ ਕੋਈ ਹੋਣਾ ਨਹੀਂ ਸੱਚੀ ਗੱਲ ਆਖੂ ਬਾਬੇ ਨਾਨਕ ਤੋਂ ਵੱਧ ਕਿਹੜਾ ਭਾਈ ਲੈਣੇ ਵਾਂਗੂ ਕਿਸੇ ਹੁਕਮ ਬਜਾਉਣਾ ਨਹੀਂ ਪੰਜਵੇਂ ਗੁਰੂ ਤੋਂ ਵੱਧ ਪਾਣਾ ਕਿਸੇ ਮੰਨਣਾ ਨਹੀਂ ਹਰ ਕ੍ਰਿਸ਼ਨ ਵਾਂਗੂ ਪਾਠ ਗੂੰਗੇ ਤੋਂ ਕਰਾਉਣਾ ਨਹੀਂ ਤੇ ਸਿੱਖੀ ਦਾ ਜਹਾਜ਼ ਕਿਸੇ ਮੋਢਾ ਲਾ ਕੇ ਤਾਰਿਆ ਨਹੀਂ ਨੌਵੇਂ ਗੁਰੂ ਵਾਂਗੂ ਕਿਸੇ ਧਰਮ ਬਚਾਉਣਾ ਨਹੀਂ ਨੌਵੇਂ ਗੁਰੂ ਵਾਂਗੂ ਕਿਸੇ ਧਰਮ ਬਚਾਉਣਾ ਨਹੀਂ ਬੜੀ ਤੁਹਾਡੀ ਮਿਹਰਬਾਨੀ ਔਰ ਬਹੁਤ ਆਨੰਦ ਆ ਰਿਹਾ ਸੱਚੀ ਮੈਂ ਕਹਿੰਦਾ ਹੁਣ ਤੁਸੀਂ ਥੋੜ੍ਹਾ ਜਿਹਾ ਹੋਰ ਜੇ 10 ਮਿੰਟ ਹੋਰ ਅਸੀਂ ਸੁਣ ਲਈਏ ਕਿਉਂਕਿ ਮਨ ਨਹੀਂ ਭਰਦਾ ਤੁਹਾਨੂੰ ਦੇਖ ਕੇ ਔਰ ਬਹੁਤ ਬਹੁਤ ਸੰਗਤ ਸਾਹਿਬ ਮੁਬਾਰਕਾਂ ਸਾਰਿਆਂ ਨੂੰ ਬਾਬਾ ਚੜ੍ਹਦੀਆਂ ਕਲਾਂ ਚ ਬਹੁਤ ਬਹੁਤ ਧੰਨਵਾਦ ਗਰੇਵਾਲ ਸਾਹਿਬ ਹੁਣਾਂ ਦਾ ਦੇਖੋ
ਜਦੋਂ ਸਾਰੇ ਆਪਾਂ ਜੁੜ ਕੇ ਬਹਿੰਦੇ ਹਾਂ ਤਾਂ ਫਿਰ ਕੈਸਾ ਮਾਹੌਲ ਬਣਦਾ। ਔਰ ਸਤਿਕਾਰਯੋਗ ਗੁਰਪ੍ਰੀਤ ਸਿੰਘ ਜੀ ਘੁੱਗੀ ਸਾਹਿਬ, ਇਹ ਹੁਣ ਆਪਾਂ ਜਿਹਨੂੰ ਕੋਈ ਐਸੇ ਵਚਨ ਜਿਹੜੇ ਸਾਰਿਆਂ ਦੀ ਜ਼ਿੰਦਗੀ 'ਚ ਕੰਮ ਆਉਣ। ਅਸਲ 'ਚ ਜਿਹਨਾਂ ਨੇ, ਮੈਂ ਤਾਂ ਇਹ ਕਹਿੰਦਾ ਹੁੰਦਾ ਵੀ 200 ਕਿਤਾਬ ਪੜ੍ਹਨੀ ਇੱਕ ਪਾਸੇ, ਇਹਨਾਂ ਦੀ ਇੱਕ ਫਿਲਮ ਵੇਖਣੀ ਇੱਕ ਪਾਸੇ, ਕਿਉਂਕਿ ਐਸੀ ਖੋਜ ਇਹਨਾਂ ਦੀ ਸਤਿਗੁਰੂ ਜੀ ਦੀ, ਬਹੁਤ ਬਖਸ਼ਿਸ਼ ਹੈ, ਬਹੁਤ ਸੁਲਝੇ ਹੋਏ ਇਨਸਾਨ ਜਿਹੜੇ ਇੰਡਸਟਰੀ ਨੂੰ ਮਿਲੇ ਨੇ। ਅਤੇ ਆਪਾਂ ਸਾਰਿਆਂ ਨੇ ਕੁਛ ਆਪਣੇ ਜੀਵਨ ਦੇ ਕਿੱਸੇ ਜਿਹੜੇ ਸੰਗਤ ਸਾਹਿਬ ਹੁਣਾਂ ਦੇ ਆਪ ਜੀ ਨਾਲ ਸਾਂਝੇ ਕਰਨਗੇ। ਵਾਹਿਗੁਰੂ ਮਿਹਰ ਕਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਣਯੋਗ ਜਥੇਦਾਰ ਸਾਹਿਬ ਦਾਦੂਵਾਲ ਸਾਹਿਬ ਬਚਨ ਸਾਂਝੇ ਕਰਕੇ ਗਏ ਨੇ। ਉਹਨਾਂ ਤੋਂ ਬਾਅਦ ਹੁਣ ਮੇਰੇ ਕੋਲ ਬੋਲਣ ਨੂੰ ਕੁਝ ਨਹੀਂ ਬਚਦਾ, ਕਿਉਂਕਿ ਉਹਨਾਂ ਦੀ ਇੱਕ ਵਿਰਾਸਤ ਹੈ। ਉਸ ਵਿਰਾਸਤ ਦੀ ਸ਼ੈਲੀ ਦੇ ਵਿੱਚੋਂ ਜੋ ਸ਼ਬਦਾਵਲੀ ਉਹਨਾਂ ਕੋਲ ਹੈ, ਉਹ ਬਹੁਤ ਮੁਸ਼ਕਿਲ ਹੁੰਦੀ ਹੈ ਸਾਰਿਆਂ ਕੋਲ ਹੋਵੇ। ਔਰ ਜਿਸ ਤਰ੍ਹਾਂ ਤੁਹਾਨੂੰ ਨਾਮ ਸਿਮਰਨ ਦੇ ਨਾਲ, ਧਾਰਨਾ ਦੇ ਨਾਲ ਬਾਬਾ ਗੁਲਾਬ ਸਿੰਘ ਜੀ ਜੋੜ ਰਹੇ ਸੀ, ਉਹ ਵਾਕਈ ਰਵਿੰਦਰ ਗਰੇਵਾਲ ਭਾਅ ਜੀ ਸਹੀ ਕਹਿ ਰਹੇ ਸੀ ਕਿ ਰੁਕਣ ਨੂੰ ਦਿਲ ਨਹੀਂ ਸੀ ਕਰਦਾ, ਜੀ ਕਰਦਾ ਸੀ ਕਿ ਸੁਣਦੇ ਜਾਈਏ ਸੁਣਦੇ ਜਾਈਏ। ਉਹ ਲਿਵ ਲੱਗੀ ਹੋਈ ਸੀ ਸੰਗਤ ਦੀ। ਅਸੀਂ ਜਦੋਂ ਆਏ ਹਾਂ ਉਦੋਂ ਭਾਈ ਸਾਹਿਬ ਜੀ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਰਹੇ ਸਨ, ਸਾਡੇ ਗ੍ਰਾਹੀ ਵੀ ਨੇ, ਅਤੇ ਬੜਾ ਚੰਗਾ ਲੱਗ ਰਿਹਾ ਸੀ ਕਿ ਇੱਕ ਅਲੌਕਿਕ ਆਨੰਦਮਈ ਮਾਹੌਲ ਬਣਿਆ ਹੋਇਆ। ਲੱਗਦਾ ਸੀ ਕਿ ਕੁਦਰਤ ਦੀ ਗੋਦ ਦੇ ਵਿੱਚ ਕਿਤੇ ਅਨਹਦ ਨਾਦ ਵੱਜ ਰਹੇ ਨੇ, ਅਸੀਂ ਸਾਰੇ ਉਹਨਾਂ ਅਨਹਦ ਨਾਦਾਂ ਨੂੰ ਸੁਣ ਰਹੇ ਹਾਂ, ਉਹਦੇ ਵਿੱਚ ਵਿਚਰ ਰਹੇ ਹਾਂ, ਗੁਆਚ ਗਏ ਸੀ ਕਿਤੇ। ਔਰ ਮੈਂ ਸੰਗੇ ਬਾਰੇ ਇਹੀ ਕਹਾਂਗਾ, ਮੇਰਾ ਛੋਟਾ ਭਾਈ ਵੀ ਹੈ, ਬੱਚਾ ਵੀ ਹੈ, ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਤੇਰੇ 'ਤੇ ਅੱਜ ਬੜੀ ਕਿਰਪਾ ਕੀਤੀ ਹੈ। ਕਹਿੰਦੇ ਸਤਿਗੁਰ ਹੋਏ ਦਿਆਲ ਤਾਂ ਸਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਇਹ ਰੰਗ ਉਹਨਾਂ ਕੋਲ ਹੀ ਨੇ ਸਾਰੇ, ਉਹਨਾਂ ਰੰਗਾਂ ਦੇ ਵਿੱਚੋਂ ਅਸੀਂ ਆਪਣੀਆਂ ਝੋਲੀਆਂ ਅੱਡਣੀਆਂ ਹੁੰਦੀਆਂ ਆਪੇ ਪਾ ਦਿੰਦੇ ਨੇ। ਸੋ ਇਹ ਰਹਿਣ ਬਸੇਰੇ ਦੀ ਗੱਲ ਜੋ ਕੀਤੀ ਹੈ ਜਥੇਦਾਰ ਸਾਹਿਬ ਨੇ, ਇਹ ਜਦੋਂ ਸਾਡੇ 'ਤੇ ਇੱਕ ਉਮਰ ਹੁੰਦੀ ਹੈ ਨਾ ਜਦੋਂ ਅਸੀਂ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੇ ਹੁੰਦੇ, ਉਦੋਂ ਇਹਨਾਂ ਚੀਜ਼ਾਂ ਦੀ ਲੋੜ ਵੀ ਕਦੇ ਨਹੀਂ ਮਹਿਸੂਸ ਹੁੰਦੀ। ਪਰ ਜਦੋਂ ਰੱਬ ਇੱਦਾਂ ਦੇ ਧੀ ਪੁੱਤ ਬਖਸ਼ਦਾ ਨਾ, ਬੰਦੇ ਦੀ ਇੱਕੋ ਇੱਛਾ ਹੁੰਦੀ ਕਿ ਰੱਬਾ ਮੇਰੇ ਬੱਚਿਆਂ ਨੂੰ ਇੱਕ ਛੱਤ ਦੇ ਦੇ ਜਿਹਦੇ 'ਚ ਮੇਰਾ ਪਰਿਵਾਰ, ਮੇਰੀ ਪਤਨੀ, ਮੇਰੇ ਬੱਚੇ ਜਿਹਦੇ 'ਚ ਬਹਿ ਕੇ ਤੇਰਾ ਸ਼ੁਕਰਾਨਾ ਕਰਦੇ ਰਹਿਣ ਹਮੇਸ਼ਾ। ਔਰ ਉਹ ਜਦੋਂ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਮੈਂ ਸਮਝਦਾ ਕਿ ਉਸ ਤੋਂ ਵੱਡੀ ਖੁਸ਼ੀ ਦੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਭਾਈ ਸਾਹਿਬ ਜੀ ਨੇ ਵੀ, ਜਥੇਦਾਰ ਸਾਹਿਬ ਨੇ ਵੀ ਚੰਗੇ ਸ਼ਬਦ ਮੇਰੇ ਲਈ ਬੋਲੇ, ਸ਼ਾਇਦ ਮੈਂ ਉਹਨਾਂ ਦੇ ਲਾਇਕ ਨਹੀਂ ਹੈਗਾ, ਪਰ ਇਹਨਾਂ ਦੀ ਵਡਿਆਈ ਹੈ ਕਿ ਇਹਨਾਂ ਨੂੰ ਵਡਿਆਉਣਾ ਆਉਂਦਾ, ਇਹਨਾਂ ਨੇ ਗੁਰੂ ਚਰਨਾਂ ਦੇ ਵਿੱਚ ਮੈਨੂੰ ਵਡਿਆਇਆ। ਮਹਾਰਾਜ, ਜੇ ਮੈਂ ਉਹਨਾਂ ਲਾਇਕ ਨਹੀਂ ਸੀ, ਸ਼ਾਇਦ ਇਹਨਾਂ ਦੇ ਸ਼ਬਦਾਂ ਦੇ ਨਾਲ ਸਤਿਗੁਰੂ ਉਸ ਲਾਇਕ ਕਰ ਦੇਣ। ਇਹ ਮੇਰਾ ਛੋਟਾ ਭਾਈ ਹੈ, ਮੇਰੇ ਕੋਲ ਬੱਚਿਆਂ ਵਾਂਗੂ ਘਰ ਰਿਹਾ ਇੰਨੇ ਸਾਲ, ਔਰ ਜੋ ਇਹ ਕਹਿੰਦਾ ਕਿ ਇਹਨਾਂ ਤੋਂ ਮਿਲਿਆ, ਇਹ ਕਿਸੇ ਤੋਂ ਨਹੀਂ ਮਿਲਿਆ ਹੁੰਦਾ ਜੀ, ਇਹ ਸਾਡੀ ਇੱਕ ਪਰੰਪਰਾ ਹੈ। ਸਤਿਗੁਰੂ ਕਹਿੰਦੇ ਵੀ ਇੱਧਰੋਂ ਲੈਣਾ ਅਤੇ ਉੱਧਰ ਦੇਣਾ, ਇਹੀ ਦੁਨੀਆ, ਬਸ ਲੈ ਕੇ ਆਪਣੇ ਕੋਲ ਸਾਂਭ ਕੇ ਰੱਖ ਲਿਆ। ਉਹ ਜਮ੍ਹਾਂਖੋਰੀ ਸਾਨੂੰ ਸਾਡੇ ਮਾਲਕ ਨੇ ਸਿਖਾਈ ਹੀ ਨਹੀਂ। ਮੇਰੇ ਉਸਤਾਦ ਬੈਠੇ ਨੇ ਚਾਚਾ ਰੌਣਕੀ ਰਾਮ ਜੀ, ਮੇਰੇ ਗੁਰੂ ਨੇ, ਇਹ ਸਾਡੀ ਵੀ ਇੱਕ ਪਰੰਪਰਾ ਜਥੇਦਾਰ ਸਾਹਿਬ ਕਿ ਇਹ ਅਸੀਂ ਇੱਧਰੋਂ ਕਰਜ਼ਾ ਲੈਣਾ ਹੁੰਦਾ, ਇੱਧਰ ਮੋੜਨਾ ਹੁੰਦਾ, ਉੱਧਰ ਨਹੀਂ ਵਾਪਸ ਮੋੜਨਾ ਹੁੰਦਾ, ਇਹ ਵੀ ਅੱਗੋਂ ਕਿਸੇ ਨੂੰ ਮੋੜੇਗਾ, ਇਹ ਉਹ ਕਰਜ਼ ਨੇ ਜਿਹੜੇ ਅੱਗੇ ਅਸੀਂ ਚੁਕਾਉਣੇ ਹੁੰਦੇ ਆ। ਸੋ ਸਾਰੀ ਇੰਡਸਟਰੀ ਬੈਠੀ ਹੈ, ਬਹੁਤ ਸਾਰੇ ਸੱਜਣ ਆਏ ਨੇ, ਕਰਮਜੀਤ ਅਨਮੋਲ ਹੁਣੀ ਵੀ, ਹੁਣ ਅਨੀਤਾ ਜੀ ਬੈਠੇ ਮੈਂ ਦੇਖ ਰਿਹਾ ਸੀ, ਦੇਵੀ ਭਾਅ ਜੀ ਹੁਣੀ ਜਿਨ੍ਹਾਂ ਦਾ ਜ਼ਿਕਰ ਹੋਇਆ ਹੁਣੇ, ਮੰਗੀ ਮਾਲ ਹੁਣੀ, ਅਰਵਿੰਦਰ ਭਾਅ ਜੀ ਹੁਣਾਂ ਨੂੰ ਤੁਸੀਂ ਮਿਲਿਆ, ਨਿੱਕੂ ਹੁਣੀ ਸ਼ਾਇਦ ਹੈ ਨਾ, ਉਹ ਵੀ ਹੋ ਕੇ ਚਲੇ ਗਏ ਨੇ ਜਾਂ ਬੈਠੇ ਨੇ ਸ਼ਾਇਦ। ਅਤੇ ਕਾਫੀ ਇਹਨਾਂ ਦਾ ਸੰਗੇ ਦਾ ਇੱਕ ਅਲੱਗ ਤਰ੍ਹਾਂ ਦਾ ਪਿਆਰ ਹੈ ਸਾਰੀ ਦੁਨੀਆ ਦੇ ਨਾਲ। ਮੈਂ ਸਿਰਫ ਮਾਲਕ ਨੂੰ ਅਰਦਾਸ ਕਰਨ ਆਇਆ ਕਿ ਇਹ ਜਿਹੜੇ ਭਵਨ ਬਖਸ਼ੇ ਨੇ ਤੁਸੀਂ, ਇਹ ਸੰਗਾ ਅਤੇ ਇਹਦਾ ਪਰਿਵਾਰ ਅਤੇ ਇਹਦੇ ਸਾਰੇ ਚਾਹੁਣ ਵਾਲੇ ਇੱਥੇ ਹਮੇਸ਼ਾ ਗੁਰੂ ਦੇ ਰੰਗ ਮਾਣਦੇ ਰਹਿਣ। ਔਰ ਮੈਨੂੰ ਖੁਸ਼ੀ ਬੜੀ ਹੋਈ ਹੈ ਕਿ ਇਹਦਾ ਇੱਕ ਅਲੱਗ ਤਰ੍ਹਾਂ ਦਾ ਦੇਖੋ ਪਿਆਰ ਹੈ। ਮੈਨੂੰ ਵੀ ਨਹੀਂ ਸੀ ਪਤਾ ਕਿ ਇਹਨੇ ਇੰਨਾ ਪਿਆਰ ਮੁਹੱਬਤ ਬਣਾਇਆ ਹੋਇਆ। ਮੇਰੀ ਕੱਲ੍ਹ ਵੀ ਕਿਸੇ ਸਿਲਸਿਲੇ 'ਚ ਦਾਦੂਵਾਲ ਸਾਹਿਬ ਨਾਲ ਗੱਲ ਫੋਨ 'ਤੇ ਹੋ ਰਹੀ ਸੀ, ਮੈਨੂੰ ਬਹੁਤ ਚੰਗਾ ਲੱਗਾ ਜਦੋਂ ਕਹਿੰਦੇ ਕੱਲ੍ਹ ਮਿਲਦੇ ਹਾਂ, ਮੈਂ ਸੰਗੇ 'ਤੇ ਵੀ ਆਉਣਾ। ਦੇਖੋ ਇਹ ਬੜੇ ਮਸਰੂਫ ਰੂਹਾਂ ਨੇ,
ਕਦੇ ਬੀਕਾਨੇਰ ਤੇ ਕਦੇ ਦਿੱਲੀ ਤੇ ਕਦੇ ਬੰਬੇ ਤੇ ਕਦੇ ਕਿਤੇ, ਇਹਨਾਂ ਨੂੰ ਵੀ ਸਾਡੇ ਵਾਂਗੂ ਬਹੁਤ ਟਰੈਵਲ ਕਰਨਾ ਪੈਂਦਾ। ਜਦ ਤੱਕ ਮਨ 'ਚ ਭਾਵਨਾ ਇੱਛਾ ਨਾ ਹੋਵੇ ਕਿ ਉਹ ਬੱਚਾ ਪਿਆਰ ਕਰਦਾ ਛੋਟਾ ਭਾਈ, ਉੱਥੇ ਪਹੁੰਚਣਾ ਹੀ ਪਹੁੰਚਣਾ, ਉਦੋਂ ਤੱਕ ਨਹੀਂ ਪਹੁੰਚਿਆ ਜਾਂਦਾ ਹੁੰਦਾ। ਇਹ ਵੀ ਇਹਦੀ ਕਮਾਈ ਹੈ, ਸਿਰਫ ਇਹ ਨਹੀਂ ਕਿ ਕਮਾਈ ਹੁੰਦੀ ਜਿਹੜੀ ਤੁਸੀਂ ਘਰ 'ਤੇ ਲਾ ਦਿੱਤੀ, ਜੀਵਨ ਵੀ ਇੱਕ ਘਰ ਹੈ ਤੁਹਾਡਾ। ਉਸ ਜੀਵਨ ਵਾਲੇ ਘਰ ਦੇ ਵਿੱਚ ਤੁਹਾਡੇ ਕਿੰਨੇ ਕੁ ਮਹਿਮਾਨ ਆਉਂਦੇ ਨੇ, ਕਿੰਨੇ ਕੁ ਸੱਜਣ ਤੁਹਾਨੂੰ ਮਿਲਣ ਆਉਂਦੇ ਨੇ, ਉਹ ਤਾਂ ਉਹ ਤੁਹਾਡੀ ਅਸਲ ਕਮਾਈ ਹੈ। ਸੋ ਇਹਨੂੰ ਜਿੰਨਾ ਕੁ ਮੈਂ ਜਾਣਨਾ, ਇਹਨੇ ਬਹੁਤ ਮੁਤਰੱਦਦ ਕੀਤੇ ਜ਼ਿੰਦਗੀ 'ਚ, ਮਿਹਨਤ ਮੁਸ਼ੱਕਤ ਸਾਰੇ ਕਰਦੇ ਨੇ, ਇੱਕ ਨੈਕਸਟ ਲੈਵਲ ਹੁੰਦਾ ਤਰੱਦਦ ਕਰਨੇ। ਇਹਨੇ ਇਹ ਮਜ਼ਾਕ ਦਾ ਪਾਤਰ ਵੀ ਬਣਿਆ 100 ਵਾਰੀ, ਮੈਂ ਤੁਹਾਨੂੰ ਇਹ ਵੀ ਦੱਸਦਾ। ਸਾਡੇ ਸਰਕਲ ਦੇ ਵਿੱਚ ਲੋਕ ਕਹਿੰਦੇ ਨੇ ਅਸੀਂ ਕੰਜੂਸ ਬੜਾ, ਇਹ ਇੱਥੋਂ ਪੈਸੇ ਬਚਾ ਲੈਂਦਾ, ਉੱਥੋਂ ਬਚਾ ਲੈਂਦਾ। ਪਰ ਜਿੱਥੇ ਆਟੋ ਵਾਲੇ ਨੇ 10 ਰੁਪਈਏ ਲੈਣੇ ਹੁੰਦੇ, ਤੁਰ ਕੇ ਵੀ ਜਾਣ ਨੂੰ ਤਰਜੀਹ ਦਿੰਦਾ ਹੁੰਦਾ ਸੀ, 10 ਰੁਪਏ ਬਚਾ ਲਏ, ਉਦੋਂ ਲੋਕ ਮਜ਼ਾਕ ਉਡਾਉਂਦੇ ਸੀ। ਪਰ ਇਹ ਪੈਸੇ ਨਹੀਂ ਸੀ ਬਚਾ ਰਿਹਾ, ਇਸ ਘਰ ਵਾਸਤੇ ਇੱਕ ਇੱਕ ਇੱਟ ਜੋੜ ਰਿਹਾ ਸੀ। ਉਹ ਇੱਕ ਇੱਟ ਬਚਾਉਂਦਾ ਸੀ ਰੋਜ਼, ਵੀ ਉਹ ਇੱਕ ਇੱਟ ਹੋਰ ਬਚ ਜੇ ਮੇਰੀ, ਮੇਰੇ ਘਰ 'ਤੇ ਲੱਗੇਗੀ। ਅਤੇ ਮੈਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ, ਸਿਰਫ ਸੰਗੇ ਨੂੰ ਨਹੀਂ, ਸੱਚਿਆ ਪਾਤਸ਼ਾਹ ਮੇਰਿਆ ਮਾਲਕਾ, ਦੁਨੀਆਂ 'ਚ ਸਾਰਿਆਂ ਨੂੰ ਸਿਰ ਲੁਕਾਈ ਦਈ, ਸਾਰਿਆਂ ਦੇ ਬੱਚਿਆਂ ਨੂੰ ਛੱਤ ਦਈ, ਸਾਰਿਆਂ ਦੇ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਪੰਡਾਲ ਸੱਜਣ, ਸਾਰਿਆਂ ਦੇ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਸਤਿਗੁਰੂ ਦੇ ਸ਼ੁਕਰਾਨੇ ਹੋਣ, ਸਾਰਿਆਂ ਦੇ ਘਰਾਂ ਦੇ ਵਿੱਚ ਇਹੀ ਕੀਰਤਨ ਅਨਹਦ ਨਾਦ ਸੁਣਨ, ਇਹੋ ਜਿਹਾ ਸ਼ੁਕਰਾਨਾ ਹਰ ਘਰ ਦੇ ਵਿੱਚ ਮੌਕਾ ਦਈ। ਪਰਮਾਤਮਾ ਹਰ ਘਰ ਤੇਰਾ ਸ਼ੁਕਰਾਨਾ ਕਰੇ। ਕੁੱਲੀ ਗੁੱਲੀ ਜੁੱਲੀ ਦੀ ਗੱਲ ਕਰਦੇ ਹਾਂ ਤਾਂ ਕੁੱਲੀ ਤੋਂ ਹੀ ਸ਼ੁਰੂ ਹੁੰਦੀ ਹੈ ਜ਼ਿੰਦਗੀ, ਬਾਕੀ ਰਿਜ਼ਕ ਤਾਂ ਰੱਬ ਪੰਛੀਆਂ ਨੂੰ ਵੀ ਦਿੰਦਾ, ਪਰ ਪੰਛੀਆਂ ਨੂੰ ਆਲ੍ਹਣੇ ਵੀ ਦਿੰਦਾ। ਸੋ ਇਹ ਹਰ ਇਨਸਾਨ ਨੂੰ ਆਪਣੇ ਬੋਟਾਂ ਵਾਸਤੇ ਇੱਕ ਆਲ੍ਹਣਾ ਜ਼ਰੂਰ ਦਈ, ਹਰ ਇੱਕ ਇਨਸਾਨ ਨੂੰ ਸਿਰ ਲੁਕਾਈ ਜ਼ਰੂਰ ਦਈ ਮੇਰੇ ਮਾਲਕਾ। ਕਿਸੇ ਦਾ ਵੀ ਉਲਾਂਭਾ ਤੇਰੇ ਸਿਰ ਨਾ ਰਹੇ ਕਿ ਮੈਂ ਕੀ ਗੁਨਾਹ ਕੀਤਾ ਜਾਂ ਕੀ ਗਲਤੀ ਕੀਤੀ ਕਿ ਮੈਨੂੰ ਇਹ ਨਹੀਂ ਮਿਲਿਆ। ਸੋ ਅਰਜੋਈ ਕਰੀਏ, ਬੇਨਤੀ ਕਰੀਏ ਸਾਰਿਆਂ ਦੇ ਭਲੇ ਦੀ, ਯਾਨੀ ਸਰਬਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਆਨੰਦ ਸਾਹਿਬ ਦੇ ਜਦੋਂ ਹੁਣ ਪਾਠ ਹੋਣਗੇ, ਉਸ ਤੋਂ ਬਾਅਦ ਲੰਗਰ ਵੀ ਆਪਾਂ ਸਾਰਿਆਂ ਨੇ ਛਕਣਾ, ਪ੍ਰੀਤੀ ਭੋਜਨ ਕਹਾਂਗੇ ਜੀ ਇਹਨੂੰ। ਸੋ ਮੈਂ ਸੰਘੇ ਵੱਲੋਂ ਬਤੌਰ ਇਹਦਾ ਵੱਡਾ ਭਰਾ, ਮੈਂ ਸਾਰੀ ਆਈ ਸੰਗਤ ਦਾ ਕੋਟਨ ਕੋਟ ਧੰਨਵਾਦ ਕਰਦਾ ਜੀ, ਇਸ ਪੂਰੇ ਸਮੁੱਚੇ ਪਰਿਵਾਰ ਵੱਲੋਂ, ਕਿ ਤੁਸੀਂ ਸੰਘੇ ਨੂੰ ਜੋ ਪਿਆਰ ਮੁਹੱਬਤ ਆਸ਼ੀਰਵਾਦ ਜੋ ਤੁਸੀਂ ਅੱਜ ਬਖਸ਼ਣ ਆਏ ਹੋ, ਉਹਦੇ ਲਈ ਸਾਰੀ ਸੰਗਤ ਦਾ ਕੋਟਨ ਕੋਟ ਧੰਨਵਾਦ। ਜਿਹੜੇ ਨਹੀਂ ਵੀ ਪਹੁੰਚ ਸਕੇ, ਪਹੁੰਚਣਾ ਚਾਹੁੰਦੇ ਸੀ, ਉਹਨਾਂ ਦਾ ਵੀ ਧੰਨਵਾਦ, ਉਹਨਾਂ ਦੀ ਭਾਵਨਾ ਦਾ ਸਤਿਕਾਰ। ਇਸ ਤੋਂ ਬਾਅਦ ਆਨੰਦ ਸਾਹਿਬ ਦੇ ਆਪਾਂ ਪਾਠ ਸਰਵਣ ਕਰਕੇ ਫਿਰ ਸਾਰੇ ਪ੍ਰੀਤੀ ਭੋਜਨ ਛਕਾਂਗੇ ਜੀ। ਬਹੁਤ ਮਿਹਰਬਾਨੀ ਬਾਬਾ ਜੀ, ਬਹੁਤ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸਾਰੀ ਸੰਗਤ ਦਾ, ਸਰਦਾਰ ਗੁਰਪ੍ਰੀਤ ਸਿੰਘ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਮਿਹਰ ਕਰਨ, ਜਿੰਨੀਆਂ ਵੀ ਸੰਗਤਾਂ ਹੁਸ਼ਿਆਰਪੁਰ ਦੀ ਧਰਤੀ ਤੋਂ, ਬਾਬਾ ਰਣਜੀਤ ਸਿੰਘ ਜੀ, ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ, ਉਹਨਾਂ ਦੇ ਦਰਬਾਰਾਂ ਤੋਂ ਬਾਬਾ ਰਣਜੀਤ ਸਿੰਘ ਜੀ ਆਏ ਨੇ, ਬਹੁਤ ਬਹੁਤ ਮਹਾਂਪੁਰਸ਼ਾਂ ਦਾ ਧੰਨਵਾਦ। ਸਾਡੇ ਨਿੱਕੂ ਭਾਅ ਜੀ ਇੰਦਰਜੀਤ ਨਿੱਕੂ ਜੀ ਬਹੁਤ ਸਨੇਹ ਰੱਖਦੇ ਨੇ, ਉਹਨਾਂ ਦਾ ਵੀ ਧੰਨਵਾਦ। ਮੈਨੂੰ ਇਹ ਸੀ, ਮੈਂ ਕਰਮਜੀਤ ਭਾਅ ਜੀ ਚਲੇ ਗਏ, ਪਰ ਕਿਤੇ ਲੋਕੇ ਬੈਠੇ ਨੇ ਜਾਂ ਅੱਗੇ ਬੈਠੇ ਹੁੰਦੇ ਅਤੇ ਉਹਨਾਂ ਤੋਂ ਵੀ ਆਪਾਂ ਵਾਰ ਸੁਣਨੀ ਸੀ। ਬੜੇ ਪਿਆਰ ਵਿੱਚ ਗਾਉਂਦੇ ਨੇ।